ਪਾਕਿਸਤਾਨ ਜੂਨੀਅਰ ਲੱਖੋਵਾਲ ਦੇ ਮੌਜੂਦਾ ਪ੍ਰਧਾਨ ਆ ਤੇ ਸਾਬਕਾ ਚੇਅਰਮੈਨ ਆ ਅਜਮੇਰ ਸਿੰਘ ਲੱਖੋਵਾਲ ਇਸ ਟਾਈਮ ਸਾਡੇ ਨਾਲ ਆ। ਅਸੀਂ ਉਹਨਾਂ ਨੂੰ ਪੁੱਛਦੇ ਹਾਂ ਕਿ ਜਿਹੜੇ ਕਿਸਾਨ ਲਗਾਤਾਰ ਖੇਤੀ ਜਿਹੜੇ ਕਿਸਾਨੀ ਆ ਉਹ ਦੱਬਦੀ ਜਾ ਰਹੀ ਆ, ਕਰਜ਼ਾ 'ਚ ਦੱਬਦੀ ਜਾ ਰਹੀ ਆ, ਇਹਦਾ ਕੀ ਹੱਲ ਹੈਗਾ ਕਿਸੇ ਕੋਲ ਸਰਕਾਰ ਕੋਲ? ਕਿਉਂਕਿ ਜਿੰਨਾ ਸਾਡਾ ਖੇਤੀ ਦੇ ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਜਿੰਨਾ ਉਹਦੇ 'ਤੇ ਖਰਚਾ ਹੁੰਦਾ ਲੰਬੇ ਸਮੇਂ ਤੋਂ ਸੰਘਰਸ਼ ਕਰਦੀ ਆ ਰਹੀ ਹੈ ਕਿਸਾਨ ਯੂਨੀਅਨ, ਕਿਉਂ ਨਹੀਂ ਸਵਾਮੀਨਾਥਨ ਰਿਪੋਰਟ ਕਿਉਂ ਨਹੀਂ ਲੱਗੂਗੀ? ਫਿਰ ਅਸੀਂ ਘਰ ਪਹਿਲਾਂ ਫਿਰ ਸਿੰਗਲ ਸਟੇਟ ਦੂਰ ਦੂਰ ਤੋਂ ਗਿਆ ਪੰਜਾਬ ਦੀ ਕਣਕ ਪੰਜਾਬ ਤੋਂ ਬਾਅਦ ਅਸੀਂ ਜਾਂਦੇ ਸੀ ਚੰਡੀਗੜ੍ਹ ਕੋਲ, ਜਿਹਦੇ ਅਸੀਂ ਲੇਖੇ ਪੱਤੇ ਦਾ ਮੋਰਚਾ ਲਾਇਆ ਹੈ। ਹੁਣ ਸਾਰੇ ਨਹੀਂ ਕਹਿੰਦੇ ਕਰਜ਼ਾ ਛੱਡਾਂਗੇ, ਕਈ ਸੂਬੇ ਛੱਡ ਲੈਂਦੇ, ਕਈ ਛੱਡ ਕੇ ਮੁੱਕਰੀ ਜਾਂਦੇ। ਪਹਿਲਾਂ ਤਾਂ ਠੰਡੀ ਬਣ, ਫਿਰ ਉਹ ਪਹੀ ਬਣ ਜਾਂਦੀ ਆ, ਫਿਰ ਉਹ ਸੜਕ ਬਣ ਜਾਂਦੀ ਆ, ਫਿਰ ਉਹ ਹਾਈਵੇ ਬਣ ਜਾਂਦਾ। ਅਸੀਂ ਸਾਰੇ ਕਿਸਾਨਾਂ ਦਾ ਇੱਕ ਵਾਰੀ ਕਰਜ਼ਾ ਛੱਡਾ ਕੇ ਜਿਹੜੀਆਂ ਇਹਨਾਂ ਦੀਆਂ ਚੀਜ਼ਾਂ ਨੇ ਜ਼ਿਆਦਾ ਕਣਕ 'ਤੇ 2000 ਖਰਚ ਹੁੰਦਾ।